ਸਤਿ ਸ਼੍ਰੀ ਅਕਾਲ ਮੈਂ ਹਾਂ ਜੈਸਮਨ ਸਿੰਘ ਤੇ ਇਹ ਹੈ ਕਨੈਕਟ ਮੂਵੀ ਰਿਵਿਊਜ਼। ਤੇ ਅੱਜ ਦੀ ਫਿਲਮ ਹੈ ਪਾਣੀ ਚ ਮਦਾਣੀ। ਮਾਇਆ ਫਿਲਮਾਂ ਦੇਖਣੀਆਂ ਮੈਂ ਵੀਸੀਆਰ ਮਗਾ ਦੇਵੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਵਿਜੇ ਕੁਮਾਰ ਅਰੋੜਾ ਨੇ ਤੇ ਇਸ ਫਿਲਮ ਨੂੰ ਲਿਖਿਆ ਹੈ ਨਰੇਸ਼ ਕਥੂਰੀਆ ਨੇ। ਇਸ ਫਿਲਮ ਚ ਮੁੱਖ ਕਲਾਕਾਰ ਨੇ ਗਿੱਪੀ ਗਰੇਵਾਲ, ਨੀਰੂ ਬਾਜਵਾ, ਗੁਰਪ੍ਰੀਤ ਕੁੱਗੀ, ਹਰਬੀ ਸਾਂਗਾ, ਕਰਮਜੀਤ ਅਨਮੋਰ, ਇਫਤਿਖਾਰ ਠਾਕੁਰ ਤੇ ਹੋਰ ਬਹੁਤ ਸਾਰੇ ਅੰਨੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਇਸ ਫਿਲਮ ਚ ਕੰਮ ਕੀਤਾ। ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ, ਵਿਜੇ ਕੁਮਾਰ ਅਰੋੜਾ ਨੇ ਇਹ ਫਿਲਮ 'ਚ ਇੰਨੇ ਸਾਰੇ ਜਿਹੜੇ ਕਿਰਦਾਰ ਨੇ, ਜਿਹੜੇ ਕੈਰੈਕਟਰਸ ਨੇ, ਉਹਨਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਡਿਫਾਈਨ ਕੀਤਾ। ਮਤਲਬ ਸ਼ੇਪ ਦੇਣੀ ਹੁੰਦੀ ਨਾ, ਇੱਕ ਪੂਰੀ ਕੈਰੈਕਟਰਾਈਜੇਸ਼ਨ ਹੁੰਦੀ ਹੈ ਹਰ ਕਿਰਦਾਰ, ਚਾਹੇ ਉਹ ਵੱਡਾ ਆ ਜਾਂ ਛੋਟਾ ਆ, ਉਹਦੀ ਸ਼ੇਪ ਜਿਹੜੀ ਹੈ ਡਿਫਾਈਨਡ ਬਹੁਤ ਚੰਗੇ ਤਰੀਕੇ ਨਾਲ ਵਿਜੇ ਜੀ ਨੇ ਡਿਫਾਈਨ ਕੀਤੀ ਹੈ ਇਸ ਫਿਲਮ ਦੇ ਅੰਦਰ। ਇੱਕ ਹੋਰ ਗੱਲ ਹੈ, ਫਿਲਮ ਦਾ ਜਿਹੜਾ ਪੇਸ ਹੈ ਨਾ, ਉਹ ਮੇਨਟੇਨ ਕੀਤਾ ਗਿਆ ਹੈ ਸਟਾਰਟਿੰਗ ਤੋਂ ਹੀ। ਇੱਦਾਂ ਨਹੀਂ ਲੱਗਦਾ ਵੀ ਖਿੱਚੀ ਜਾ ਰਹੀ ਹੈ, ਨਹੀਂ, ਇੱਕ ਬਹੁਤ ਵਧੀਆ ਪੇਸ 'ਤੇ ਇਹ ਫਿਲਮ ਜਾਂਦੀ ਹੈ। ਇਸ ਫਿਲਮ ਨੂੰ ਲਿਖਿਆ ਹੈ ਨਰੇਸ਼ ਕਥੂਰੀਆ ਨੇ ਅਤੇ ਫਿਲਮ ਜਿਹੜੀ ਹੈ ਉਸਦੀ ਸੈਟਿੰਗ 1980 'ਚ ਜਿਹੜੇ ਦੋ ਗਾਣੇ ਜੋੜੀਆਂ 'ਚ ਜਿਹੜੇ ਸਿੰਗਰਸ ਗਾਉਂਦੇ ਹੁੰਦੇ ਸੀਗੇ ਉਹਦੇ 'ਤੇ ਬੇਸਡ ਹੈ। ਪਰ ਮੈਨੂੰ ਜਿਹੜੀ ਚੀਜ਼ ਇੰਟਰਸਟਿੰਗ ਲੱਗੀ ਨਾ, ਪਹਿਲੀ ਵਾਰ ਇੱਕ ਫਿਲਮ 'ਚ, ਇੱਕ ਪੰਜਾਬੀ ਫਿਲਮ 'ਚ ਕਿਸਮਤ ਅਤੇ ਮਿਹਨਤ, ਇਹਦਾ ਜਿਹੜਾ ਡਿਬੇਟ ਹੈ ਨਾ, ਇਹਦੀ ਜਿਹੜੀ ਤਾਣਾ ਬਾਣਾ ਬੁਣਿਆ ਗਿਆ, ਇਹ ਬਹੁਤ ਸੋਹਣਾ ਆ ਕਿ ਕਿਸਮਤ 'ਤੇ ਯਕੀਨ ਕਰਨਾ ਚਾਹੀਦਾ, ਕਿ ਮਿਹਨਤ 'ਤੇ ਯਕੀਨ ਕਰਨਾ ਚਾਹੀਦਾ। ਇਹ ਗੱਲ ਜਿਹੜੀ ਹੈ ਨਰੇਸ਼ ਕਥੂਰੀਆ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਫਿਲਮ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਚੱਲਦੇ ਹਾਂ ਫਿਲਮ ਦੇ ਕਿਰਦਾਰਾਂ ਵੱਲ। ਇਸ ਫਿਲਮ ਵਿੱਚ ਜਿਹੜੀ ਮੁੱਖ ਭੂਮਿਕਾ ਨਿਭਾਈ ਹੈ ਗਿੱਪੀ ਗਰੇਵਾਲ, ਨੀਰੂ ਬਾਜਵਾ, ਜਿਹੜੇ ਬਹੁਤ ਟਾਈਮ ਬਾਅਦ, ਬਹੁਤ ਅਰਸੇ ਬਾਅਦ ਸਕਰੀਨ 'ਚ ਇਕੱਠੇ ਨਜ਼ਰ ਆ ਰਹੇ ਨੇ। ਪਰ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਸਕਰੀਨ 'ਤੇ ਦੇਖ ਕੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਬਹੁਤ ਟਾਈਮ ਬਾਅਦ ਆ ਰਹੇ ਨੇ, ਇਕੱਠੇ ਕੰਮ ਕਰ ਰਹੇ ਨੇ। ਔਨ ਸਕਰੀਨ ਇਹਨਾਂ ਦੀ ਕੈਮਿਸਟਰੀ ਜਿਹੜੀ ਹੈ ਬਹੁਤ ਹੀ ਸੋਹਣੀ ਹੈ। ਜਿਹੜੀ ਕਿਰਦਾਰ ਗਿੱਪੀ ਗਰੇਵਾਲ ਨੇ ਨਿਭਾਇਆ ਹੈ ਗੁੱਲੀ ਦਾ, ਜਿਹੜਾ ਉਹਨਾਂ ਨੇ ਪੂਰਾ ਮੇਕਓਵਰ ਕੀਤਾ, ਆਪਣੇ ਵਾਲ ਉੱਦਾਂ ਦੇ, ਕੋਸਟਿਊਮ ਉੱਦਾਂ ਦੇ, ਜੋ 1980 ਦੇ ਸਿੰਗਰ ਹੋਇਆ ਕਰਦੇ ਸੀ, ਜਿੱਦਾਂ ਦੇ ਉਹਨਾਂ ਦਾ ਪਹਿਰਾਵਾ ਸੀਗਾ, ਉਹ ਸਾਰਾ ਕੁਛ ਬਹੁਤ ਸੋਹਣਾ ਆਪਣੇ ਕੈਰੈਕਟਰ 'ਚ ਉਹ ਲੈ ਕੇ ਆਏ ਨੇ। ਬਹੁਤ ਵਧੀਆ ਤਰੀਕੇ ਨਾਲ ਇਨ ਟੂ ਦਾ ਸਕਿਨ ਆਫ ਦਾ ਕੈਰੈਕਟਰ ਕਹੀਦਾ ਨਾ, ਉੱਦਾਂ ਗਿੱਪੀ ਗਰੇਵਾਲ ਨੇ ਉਸ ਨੂੰ ਨਿਭਾਇਆ ਹੈ ਗੁੱਲੀ ਦੇ ਕੈਰੈਕਟਰ ਨੂੰ। ਅਤੇ ਜਿਹੜਾ ਹਿਊਮਰ ਹੈ ਇਹਨਾਂ ਦਾ ਬਹੁਤ ਸਟਲ ਹੈ, ਪਰ ਫਿਰ ਵੀ ਹਾਸਾ ਆਉਂਦਾ। ਅਤੇ ਹੁਣ ਗੱਲ ਕਰੀਏ ਨੀਰੂ ਬਾਜਵਾ ਦੀ। ਨੀਰੂ ਬਾਜਵਾ ਇਸ 'ਚ ਨਿਭਾ ਰਹੇ ਨੇ ਸੋਨੀ ਦਾ ਕੈਰੈਕਟਰ, ਅਤੇ ਕਿਆ ਕਮਾਲ ਦਾ ਕੰਮ ਇਹਨਾਂ ਨੇ ਕੀਤਾ ਇਹਦੇ 'ਚ। 1980 'ਚ ਜਿਹੜੀਆਂ ਸਿੰਗਰਸ ਹੁੰਦੀਆਂ ਸੀ ਉਹਨਾਂ ਦਾ ਪੂਰਾ ਸਟਾਈਲ ਜਿਹੜਾ ਹੈ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਅਪਣਾਇਆ ਹੈ। ਰਾਈਟ ਫਰੋਮ ਹੇਅਰ ਡੂ, ਮਤਲਬ ਜਿੱਦਾਂ ਵਾਲ ਇਹਨਾਂ ਨੇ ਜਿੱਦਾਂ ਸਟਾਈਲਿੰਗ ਕੀਤੀ ਹੁੰਦੀ ਸੀ, ਕੱਪੜੇ ਕਿੱਦਾਂ ਦੇ ਪਾਉਂਦੀਆਂ ਸੀ, ਇਹਨਾਂ ਦੇ ਤਾੜੀ ਮਾਰਨ ਦਾ ਸਟਾਈਲ ਜਿਹੜਾ ਨੀਰੂ ਬਾਜਵਾ ਦਾ ਬਹੁਤ ਹੀ ਕਮਾਲ ਦਾ ਇਸ ਫਿਲਮ 'ਚ। ਇਸ ਤੋਂ ਇਲਾਵਾ ਸਾਰੇ ਹੋਰ ਕਲਾਕਾਰ, ਹਰਬੀ ਸਾਂਗਾ, ਕਰਮਜੀਤ ਅਨਮੋਲ, ਗੁਰਪ੍ਰੀਤ ਕੁੱਗੀ, ਜੋ ਕਿ ਇਸ 'ਚ ਪ੍ਰਮੋਟਰ ਬਣੇ ਹੋਏ ਨੇ ਇੰਗਲੈਂਡ 'ਚ ਜਾ ਕੇ, ਅਤੇ ਮੈਨੂੰ ਲੱਗਦਾ ਸਾਰੇ ਪ੍ਰਮੋਟਰ ਇਹਨਾਂ ਨਾਲ ਰਿਲੇਟ ਕਰ ਸਕਦੇ ਨੇ, ਇਫਤਿਖਾਰ ਠਾਕੁਰ, ਇਸ ਸਾਰੇ ਕਲਾਕਾਰਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ। ਬਿਲਕੁਲ ਵੀ ਕਾਮੇਡੀ ਜਿਹੜੀ ਹੈ ਨਾ ਫੋਰਸਡ ਨਹੀਂ ਲੱਗ ਰਹੀ, ਨੈਚੁਰਲ ਜੀ ਕਾਮੇਡੀ ਹੈ। ਅਤੇ ਨਾਲੇ ਇੱਕ ਗਰੁੱਪ, ਕਿਉਂਕਿ ਇਹ ਮਿਊਜ਼ਿਕ ਗਰੁੱਪ ਦੀ ਸਟਰਗਲ ਦੀ ਕਹਾਣੀ ਹੈ, ਜਿਹੜੀ ਇੱਕ ਪੰਜਾਬ ਦੇ ਪਿੰਡ ਤੋਂ ਫਿਰ ਜਾ ਕੇ ਲੰਡਨ 'ਚ ਕਿੱਦਾਂ ਉਹਨਾਂ ਨੇ ਆਪਣਾ ਨਾਂ ਕਮਾਇਆ, ਸਾਰਾ ਕੁਛ। ਸੋ ਇਹ ਜਿਹੜੀ ਕਹਾਣੀ ਹੈ ਨਾ, ਇਹ ਵਧੀਆ ਤਰੀਕੇ ਨਾਲ ਕਿਰਦਾਰਾਂ ਨੇ ਨਿਭਾਈ ਹੈ। ਡਾਇਰੈਕਟਰ ਨੇ ਵੀ ਆਪਣਾ ਕੰਮ ਵਧੀਆ ਕੀਤਾ, ਰਾਈਟਰ ਨੇ ਵੀ ਵਧੀਆ ਕੀਤਾ, ਅਤੇ ਅੱਗੇ ਕਲਾਕਾਰਾਂ ਨੇ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਚੱਕਿਆ। ਇਹਦਾ ਫਿਲਮ ਦਾ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੈ, ਅਤੇ ਮਿਊਜ਼ਿਕ ਤਾਂ ਇਹਦਾ ਬਹੁਤ ਹੀ ਪਾਪੂਲਰ, ਬੜਾ ਫੁੱਟ ਟੈਪਿੰਗ ਹੈ ਜੀ, VCR ਗਾਣਾ ਬਹੁਤ ਪਾਪੂਲਰ। ਫਿਲਮ ਤੋਂ ਮੈਨੂੰ ਇੱਕ ਸ਼ਿਕਾਇਤ ਹੈ, ਜਿਹਨੂੰ ਕਹਿ ਸਕਦੇ ਨੇ ਫਿਲਮ ਦਾ ਜਿਹੜਾ ਆਖਰੀ ਹਿੱਸਾ ਹੈ, ਕਹਿ ਲਓ 20-25 ਮਿੰਟ, ਉਹ ਮੈਨੂੰ ਐਂ ਲੱਗਦਾ ਵੀ ਫਿਲਮ ਜਿਹੜੀ ਹੈ ਨਾ ਉਹ ਖਿੰਡਰ ਜੀ ਗਈ ਹੈ। ਇੱਕ ਵਧੀਆ ਤਰੀਕੇ ਨਾਲ ਚੱਲਦੀ ਹੋਈ, ਇੱਕ ਪੇਸ ਜਿਹੜਾ ਕਿਤੇ ਟੁੱਟ ਜਾਂਦਾ ਹੈ, ਅਨਫਿਨਿਸ਼ਡ ਜਿਹਾ ਲੱਗਣ ਲੱਗ ਜਾਂਦਾ ਹੈ, ਅਤੇ ਕਲਾਈਮੈਕਸ ਖਾਸ ਕਰਕੇ ਪਾਣੀ 'ਚ ਮਦਾਣੀ ਦਾ ਨਾ ਥੋੜ੍ਹਾ ਅਨਫਿਨਿਸ਼ਡ ਰਹਿ ਜਾਂਦਾ ਹੈ। ਮਤਲਬ ਕੁਛ ਖਾਲੀ ਖਾਲੀ, ਕੁਛ ਹੋਰ ਹੋ ਸਕਦਾ ਸੀ, ਹੋਰ ਜ਼ਿਆਦਾ ਕਰ ਸਕਦੇ ਸੀ। ਓਵਰਆਲ ਜੇ ਗੱਲ ਕਰੀਏ, ਫਿਲਮ ਬਹੁਤ ਹੀ ਐਂਟਰਟੇਨਿੰਗ ਹੈ, ਡਾਇਰੈਕਸ਼ਨ ਕਮਾਲ ਦਾ, ਐਕਟਿੰਗ ਸਾਰੇ ਕਲਾਕਾਰਾਂ ਦੀ ਬਹੁਤ ਸੋਹਣੀ ਹੈ, ਲਿਖਿਆ ਇੰਟਰਸਟਿੰਗ ਕੋਨਸੈਪਟ ਹੈ, ਬਹੁਤ ਟਾਈਮ ਬਾਅਦ ਇਹ ਕੋਨਸੈਪਟ ਇੱਦਾਂ ਦਾ ਦੇਖਣ ਨੂੰ ਮਿਲਿਆ। ਸੋ ਇਹ ਮਸਟ ਵਾਚ ਫਿਲਮ ਹੈਗੀ ਹੈ। ਬੇਬੇ ਥੋੜਾ ਬਹੁਤਾ ਤਾਂ ਕਮਾ ਕੇ ਲੈ ਕੇ ਹੀ ਆਉਣਾ ਵਾ, ਤੂੰ ਤੇ ਜਸਮੀਤ ਸਾਰਾ ਖਰਚ ਦਿੰਦੇ ਹੋ। ਬੇ ਤੇਰੇ ਗਾਉਣ ਲੱਗਿਆ ਲੋਕੀ ਗਾਲਾਂ ਤਾਂ ਸਾਨੂੰ ਕਰਦੇ ਨੇ, ਆਖੇ ਗੁੱਲੀ ਦੀ ਮਾਂ ਦੀ, ਗੁੱਲੀ ਦੀ ਭੈਣ ਦੀ। ਇੱਥੇ ਵੱਡੇ ਸ਼ੋ ਲਾਉਣੇ ਆ ਨਾ, ਪਹਿਲਾਂ ਛੋਟੇ ਛੋਟੇ ਸ਼ੋਆਂ ਦੇ ਵਿੱਚ ਛਾਉਣਾ ਪੈਣਾ ਵਾ ਤੁਹਾਨੂੰ। ਫਿਕਰ ਨਾ ਕਰੋ ਜੈਕ ਜੀ, ਛਾ ਜਾਣਗੇ। ਉਹ ਤਾਂ ਇਹਦਾ ਛਾ ਹੀ ਜਾਣਾ ਵਾ, ਮੈਂ ਤਾਂ ਹੈਨਾ ਦੀ ਗੱਲ ਕਰਦਾ। ਮਾਇਆ ਫਿਲਮਾਂ ਦੇਖਣੀਆਂ ਮੈਂ VCR ਮੰਗਾ ਦੇਵੇ। ਕਨੈਕਟ ਮੂਵੀ ਰਿਵਿਊਜ਼ ਵੱਲੋਂ ਅਸੀਂ ਦਿੰਦੇ ਹਾਂ ਪਾਣੀ 'ਚ ਮਦਾਣੀ ਨੂੰ 3.5 ਸਟਾਰ।